सत श्रीकाल, इंडिया न्यूज़ पंजाब देख रहे दर्शकों का स्वागत है। मैं हाँ जगजीत सिंह। दर्शको, इंडिया न्यूज़ की खास पेशकश पिंडां दी सत लैके हाजिर होए हैं। जिस तरीके नाल साडी खास पेशकश रही है कि असी इलैक्शन के समय जिस तरीके नाल पंजाब दीआं इलैक्शन चल रही ने, अपनियां पंचायतां दीआं इलैक्शन चल रही ने, उस चीज़ नूं लैके पिंड पिंड जा रहे हैं, पिंड पिंड के लोगों नाल गलबात कर रहे हैं कि पिंड के लोग किस तरीके नाल वेखदे ने विकास नूं लैके। अज असी सरहदी तहसील अजनाला दे गल करिए ते भारत पाकिस्तान सरहद नाल लगदे आखिरी पिंड विच आए हैं तंगाई दे विच, जिथे कि लगातार पिछले काफी लंबे समय तो जिहड़ी पंचायत है ओह सर्वसम्मति नाल बनदी आ रही है। इस बार भी जिहड़ी सर्वसम्मति नाल पंचायत बनी है, जिस तरीके नाल जे पंचायत की खास गल करिए ते इह अजिही पंचायत है जिहड़ी एक साल पहला ही अपनी सहमति कर लैंदी आ ते एक साल पहला ही जिहड़ी पंचायत तैयार करके अपनी रख दिंदी आ ते वोटां तों बाद च जिहड़ी आ कार्यकाल जिहड़ा संभालिया जांदा आ। साडे नाल इहदे नाल गल करन लई कश्मीर सिंह ढंगाई मौजूद ने। साडे नाल जी सर, की कहना चाहुंदे हो जिस तरीके नाल ਤੁਹਾਡੇ ਪਿੰਡ ਵਿੱਚ ਜਿਹੜੀ ਸਰਬਸੰਮਤੀ ਹੁੰਦੀ ਆ, ਅਸੀਂ ਸੁਣਿਆ ਕਿ ਉਹ ਇੱਕ ਸਾਲ ਪਹਿਲਾਂ ਹੀ ਹੋ ਜਾਂਦੀ ਆ। ਵੇਖੋ, ਪਿੰਡ ਦੀ ਸਹਿਮਤੀ ਹੋਣਾ ਖਾਸ ਕਰਕੇ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਗੱਲ ਆ, ਕਿਉਂਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪਾਰਟੀਆਂ ਬਾਜ਼ੀਆਂ ਨੇ, ਲੜਾਈਆਂ ਝਗੜੇ ਉੱਥੋਂ ਤੱਕ ਵੀ ਕਤਲ ਤੱਕ 307 326 ਇੱਥੇ ਲਗਾਤਾਰ 20 ਸਾਲ ਹੋ ਗਏ ਨੇ। ਔਰ ਸਹਿਮਤੀ ਦੇ ਨਾਲ ਸਾਰੇ ਪਿੰਡ ਨੇ ਪੰਚਾਇਤ ਨੂੰ ਚੋਗ ਲੈਣਾ, ਸਾਰੇ ਪਿੰਡ ਨੇ ਇਕੱਠੇ ਰਹਿਣਾ, ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ, ਇਹ ਬਹੁਤ ਵੱਡੀ ਗੱਲ ਆ, ਇਹ ਛੋਟੀ ਗੱਲ ਨਹੀਂ। ਕਿਉਂਕਿ ਤੁਸੀਂ ਵੇਖਣ ਡਿਆ ਜੇ ਪੰਜਾਬ 'ਚ ਜੋ ਕੁਛ ਵਾਪਰਨ ਡਿਆ, ਇਹਦੇ ਨਾਲ ਇਹ ਵੀ ਹੁੰਦਾ ਵੀ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਤੌਰ ਤੇ ਵੀ ਕਿਹੜੀ ਸਰਕਾਰ ਆ ਕੀ ਕਰਨਾ, ਪਰ ਇੱਥੇ ਮਤਲਬ ਉਹਨਾਂ ਚੀਜ਼ਾਂ ਦਾ ਪਿੰਡ ਤੇ ਅਸਰ ਨਹੀਂ। ਉਹਦੀ ਸਭ ਤੋਂ ਵੱਡੀ ਦੇਣ ਇਹ ਵੀ ਸਾਰਾ ਪਿੰਡ ਖੇਤੀ ਕਿੱਤੇ ਦੇ ਨਾਲ ਜੁੜਿਆ, ਫਿਰ ਜਥੇਬੰਦੀ ਦੇ ਨਾਲ ਜੁੜਿਆ, ਗ੍ਰਾਂ ਜਥੇਬੰਦੀ ਦੇ ਨਾਲ, ਤੇ ਪਿਛਲੇ ਲਗਭਗ 20-22 ਸਾਲ ਤੋਂ ਜਥੇਬੰਦੀ ਜਿਹੜੀ ਪਿੰਡ 'ਚ ਕੰਮ ਕਰਦੀ ਉਹਦੀ ਦੇਣ ਆ ਵੀ ਹਰ ਘਰ ਦੇ ਵਿੱਚ ਪਤਾ ਹੈ ਅਸਲ ਦੇ ਵਿੱਚ ਵੀ ਵੋਟਾਂ ਕੀ ਕਰਾਉਂਦੀਆਂ ਨੇ, ਸਰਕਾਰ ਕੀ ਕਰਦੀ ਆ, ਕੀ ਕਰਨਾ ਚਾਹੀਦਾ ਸਾਨੂੰ, ਆਪਣੀ ਭਾਈਚਾਰਕ ਸਾਂਝ ਦੇ ਵਿੱਚੋਂ ਕੀ ਲਾਭ ਹੋ ਸਕਦੇ ਨੇ। ਉਹਦੇ 'ਚੋਂ ਇਹ ਆ ਵੀ ਜਿਹੜਾ ਪਹਿਲਾਂ ਜਦੋਂ ਸਰਕਾਰ ਨੇ ਐਲਾਨ ਕੀਤਾ ਪੰਚਾਇਤੀ ਚੋਣਾਂ ਦਾ, ਉਦੋਂ ਪਿੰਡ ਨੇ ਜਿਹੜੀ ਬਹਿ ਕੇ ਜਿਹੜੀ ਸਹਿਮਤੀ ਕਰ ਲਈ, ਅੱਜ ਸਾਲ ਬਾਅਦ ਉਹ ਜਿਹੜਾ ਲਾਗੂ ਹੋਇਆ ਵੀ ਜਦੋਂ ਪੰਚਾਇਤਾਂ ਚੁਣੀਆਂ ਜਾਂਦੀਆਂ ਉਹ ਸਹਿਮਤੀ ਦੁਬਾਰਾ ਫਿਰ ਸਾਲ ਬਾਅਦ ਵੀ ਉਹ ਜਿਹੜੀ ਆ ਉਹ ਲਾਗੂ ਰਹੀ ਆ। ਪਰ ਜਿਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਪਿੰਡਾਂ ਹੋਰਾਂ 'ਚ ਵੀ ਹੁੰਦੀਆਂ ਨੇ ਸਹਿਮਤੀਆਂ, ਪਰ ਜਦੋਂ ਸਹਿਮਤੀ ਹੁੰਦੀ ਆ ਕੁਛ ਨਾ ਕੁਛ ਵਿੱਚ ਵਿਗੜ ਪੈ ਜਾਂਦਾ, ਕੁਛ ਨਾ ਕੁਛ ਵਿਘਨ ਪੈ ਜਾਂਦਾ, ਜਾਂ ਮੈਂਬਰਾਂ ਦਾ ਪੈ ਜਾਂਦਾ, ਜਾਂ ਸਰਪੰਚੀ 'ਚ ਪੈ ਜਾਂਦਾ। ਪਰ ਇੱਕ ਸਾਲ ਪਹਿਲਾਂ ਸਰਪੰਚੀ ਚੁਣ ਲੈਣਾ ਬੜੀ ਵੱਡੀ ਗੱਲ ਹੈ, ਕਿਉਂਕਿ ਜਦੋਂ ਚੋਣਾਂ ਦੇ ਥੋੜੇ ਸਮੇਂ ਦੇ ਵਿੱਚ ਤਾਂ ਮਹਾ ਹੀ ਐਡਜਸਟਮੈਂਟ ਹੁੰਦੀ ਆ, ਨਹੀਂ ਤਾਂ ਲੋਕ ਤਾਂ ਲਾਸਟ ਦਿਨ ਤੀਕਰ ਵੀ ਕਾਗਜ਼ ਜਮ੍ਹਾਂ ਕਰਾਉਣ ਤੀਕਰ ਵੀ ਭੱਜਣ ਨੂੰ ਫਿਰਦੇ ਹੁੰਦੇ ਆ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਅਸਲ 'ਚ ਗੱਲ ਹੁੰਦੀ ਆ ਵੀ ਇੱਕ ਦੂਜੇ ਦੀ ਗੱਲ ਮੰਨਣ ਦੀ, ਇਹ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਚੋਗ ਲਈ ਆਪਾਂ ਸਹਿਮਤੀ ਦੇ ਨਾਲ, ਅੱਜ ਵੀ ਇਹਦੇ 'ਚੋਂ ਜਿਹਨੂੰ ਮਰਜ਼ੀ ਆਖ ਦਿਓ ਵੀ ਤੂੰ ਛੱਡ ਦਿਓ, ਆਖੂਗਾ ਵੀ ਚਲੋ ਤੁਸੀਂ ਜਿਹਨੂੰ ਮਰਜ਼ੀ ਬਣਾ ਲਓ, ਕੋਈ ਵੀ ਕਿਸੇ ਨੂੰ ਮੋੜਦਾ ਨਹੀਂ। ਸਰਪੰਚ ਆ, ਮੈਂਬਰ ਨੇ, ਜਿਹਨੂੰ ਆਂਦੇ ਨਹੀਂ ਇਹਨੂੰ ਬਣਾ ਦਿਓ, ਸਾਰੇ ਆਂਦੇ ਚਲੋ ਇਹਨੂੰ ਬਣਾ ਦਿਓ, ਜਿਹੜਾ ਕੋਈ ਆਂਦਾ ਉਹਨੂੰ ਆਂਦੇ ਤੂੰ ਬਹਿ ਜਾ, ਉਹ ਬਹਿਣ ਲਈ ਵੀ ਤਿਆਰ ਹੁੰਦਾ ਵੀ ਕੋਈ ਗੱਲ ਨਹੀਂ ਮੈਂ ਬਹਿ ਜਾਣਾ। ਇਹ ਕਰਕੇ ਆ ਵੀ ਮਤਲਬ ਸਾਡੀ ਇੱਕ ਸੁਰਤਾ ਜਿਹੜੀ ਹੈ ਨਾ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਨੇਪਰੇ ਚਾੜਦੀ ਆ। ਪਰ ਜਿਸ ਤਰੀਕੇ ਨਾਲ ਵੇਖਦੇ ਪਿੰਡਾਂ ਵਿੱਚ ਜਦੋਂ ਇਲੈਕਸ਼ਨ ਹੁੰਦੀਆਂ ਕਾਫੀ ਝਗੜੇ ਹੋ ਜਾਂਦੇ ਨੇ, ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਕਤਲ ਦੀ ਨੌਬਤ ਪਹੁੰਚ ਜਾਂਦੀ ਆ, ਪਰ ਇੱਕ ਪਿੰਡ ਦੀ ਸਹਿਮਤੀ ਪਿਆਰ ਜਿਹੜਾ ਤੁਸੀਂ ਗੱਲ ਪਿਛਲੇ ਲੰਮੇ ਸਮੇਂ ਤੋਂ ਜੇ 4 ਵਜੇ ਤੁਸੀਂ ਪਹਿਲੀ ਟਰਮ ਕਹਿ ਰਹੇ ਹੋ 20 ਸਾਲ ਪਿਛਾਂ ਚੱਲ ਜਾਈਏ ਆਪਾਂ, ਤੇ ਉਸ ਵੇਲੇ ਵੀ ਉਹ ਉਨਾ ਹੀ ਪਿਆਰ ਅੱਜ ਵੀ ਉਨਾ ਹੀ ਪਿਆਰ ਆ, ਵੱਧਦਾ ਸਗੋਂ ਦਿਨੋ ਦਿਨ ਵੱਧ ਰਿਹਾ। ਗਾਂ ਸਾਡੇ ਬੱਚਿਆਂ ਦੇ ਇੱਥੋਂ ਤੱਕ ਵੀ ਨਸ਼ੇ ਤੋਂ ਦੂਰ ਨੇ, ਤੁਸੀਂ ਵੇਖੋਗੇ ਜਿਹੜਾ ਮਲ ਸਾਲ ਤੋਂ ਨਵ ਜੰਮੇ ਬੱਚੇ ਤੋਂ ਲੈ ਕੇ 20-25 ਸਾਲ ਤੱਕ ਦੇ ਕਿਸੇ ਨੇ ਜਿਹੜੇ ਸਿਰ ਦੇ ਵਾਲੇ ਨਹੀਂ ਕਟਾਏ ਹੋਣਗੇ, ਸਾਰੇ ਆਪਣੇ ਧਰਮ ਨਾਲ ਵੀ ਜੁੜੇ ਨੇ, ਕਿੱਤੇ ਦੇ ਨਾਲ ਜੁੜੇ ਨੇ, ਭਾਈਚਾਰਕ ਸਾਂਝ ਦੇ ਨਾਲ ਜੁੜੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਾਨਾ ਕੀ ਆ, ਅਸਲ 'ਚ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਪੜ੍ਹਦੇ, ਇਹਨਾਂ ਨੂੰ ਵਿਚਾਰਦੇ ਹਾਂ ਕਿ ਜਿਹੜੇ ਸਾਡੇ ਆਉਣ ਵਾਲਾ ਭਵਿੱਖ ਆ ਸਾਡੇ ਬੱਚਿਆਂ ਦਾ, ਉਹਨਾਂ ਦੇ ਲਈ ਕੀ ਹੋ ਰਿਹਾ ਵੀ ਅੱਜ ਇੱਕ ਬੱਚਾ ਇਹ ਦੌੜ ਲੱਗੀ ਆ ਵੀ ਭਾਵੇਂ ਪੈਲੀ ਸਾਰੀ ਵਿਕ ਜੇ ਉਹਨੂੰ ਬਾਹਰ ਕੱਲ ਦਿਓ। ਉਹਦੇ ਨਾਲ ਸਾਨੂੰ ਇਹ ਵੀ ਇਲਮ ਹੋਣਾ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਮਾਂ ਪਿਓ ਨੇ ਇਸ ਕਰਕੇ ਜੰਮਿਆ ਵੀ ਇਹਨਾਂ ਬੁਢਾਪੇ 'ਚ ਸਾਡੀ ਡੰਗੋਰੀ ਬਾਨਾ, ਉਹਨੇ ਬੁਢਾਪੇ ਦੇ ਵਿੱਚ ਸਾਡੀ ਡੰਗੋਰੀ ਨਹੀਂ ਬਾਨਾ, ਪਤਾ ਨਹੀਂ ਸੰਸਕਾਰ ਤੇ ਵੀ ਆਉਣਾ ਕਿ ਨਹੀਂ ਆਉਣਾ। ਇਹ ਕਰਕੇ ਇਹਨਾਂ ਗੱਲਾਂ ਨੂੰ ਜਦੋਂ ਅਸੀਂ ਬਹਿੰਦੇ ਹਾਂ ਵਿਚਾਰਦੇ ਹਾਂ ਉਹਦੇ 'ਚੋਂ ਸਾਰੀਆਂ ਗੱਲਾਂ ਲੱਭਦੀਆਂ ਨੇ ਕਿ ਸਰਪੰਚ 5 ਸਾਲ ਬਦਲ ਜਾਂਦਾ, ਇੱਥੇ ਤੇ ਜਿੱਥੇ ਆਪਾਂ ਬੈਠੇ 2-3 ਤੇ ਇਹਦੇ 'ਚ ਸਾਬਕਾ ਬੈਠੇ ਨੇ, ਮੌਜੂਦਾ ਵੀ ਬੈਠੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਅਸਲ 'ਚ ਲੋਕਾਂ ਦਾ ਪਿਆਰ ਜਿਹੜਾ ਜੋ ਲੋਕ ਇੱਕ ਦੂਜੇ ਨੂੰ ਹੱਥਾਂ 'ਤੇ ਚੁੱਕਦੇ ਨੇ, ਜੱਫੀ ਪਾ ਕੇ ਮਿਲਦੇ ਨੇ ਆਪਸ 'ਚ, ਉਹ ਸਭ ਤੋਂ ਵੱਡੀ ਗੱਲ ਹੈ। ਸਰਪੰਚੀਆਂ ਮੈਂਬਰੀਆਂ ਉਹਨਾਂ ਨੂੰ ਵੱਡਾ ਸਾਡਾ ਪਿੰਡ ਨਹੀਂ ਗਿਣਦਾ। ਬਿਲਕੁਲ, ਜਿਸ ਤਰੀਕੇ ਨਾਲ ਗੱਲ ਕੀਤੀ ਹੈ ਕਿ ਪੰਜੀਆਂ ਸਰਪੰਚੀਆਂ ਨੂੰ ਪਹਿਲਾਂ ਇਨਸਾਨੀਅਤ ਨੂੰ ਵੇਖਿਆ ਜਾਂਦਾ, ਸਾਡੇ ਨਾਲ ਕੁਝ ਤੇ ਮਹਿਲਾਵਾਂ ਵੀ ਬੈਠੀਆਂ ਨੇ, ਇਸ ਪਿੰਡ ਦੀ ਪੰਚਾਇਤ ਦੀ ਖਾਸ ਗੱਲ ਹੈ ਕਿ ਮਹਿਲਾਵਾਂ ਵੀ ਜਿਹੜੀਆਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ। ਹਾਂਜੀ ਪੰਜ, ਕੀ ਨਾਮ ਤੁਹਾਡਾ? ਅਜਨੀ ਜੀ। ਮੈਮ ਤੁਸੀਂ ਬੈਠੇ ਹੋ ਇੱਥੇ, ਵੇਖਦੇ ਅਸੀਂ ਕਿ ਪਿੰਡਾਂ ਦੀਆਂ ਪੰਚਾਇਤਾਂ ਬਣ ਜਾਂਦੀਆਂ, ਮਹਿਲਾ ਜਿਹੜੀ ਆ ਉਹ ਸਰਪੰਚ ਬਣ ਜਾਂਦੀ ਹੈ, ਪਰ ਉਹਨੂੰ ਵਰਤਿਆ ਨਹੀਂ ਜਾਂਦਾ, ਉਹ ਹਮੇਸ਼ਾ ਘਰਾਂ ਦੇ ਵਿੱਚ ਫਿਰ ਘਰੇਲੂ ਕੰਮ ਕਰਦੀ ਰਹਿ ਜਾਂਦੀ ਆ, ਉਹਦੇ ਜਿਹੜੇ ਹਸਬੰਡ ਆ ਉਹ ਸਾਰਾ ਕਾਰਜਕਾਲ ਉਹੀ ਸੰਭਾਲਦੇ ਆ। ਕੀ ਲੱਗਦਾ ਕਿ ਮਹਿਲਾਵਾਂ ਨੂੰ ਅੱਗੇ ਹੋ ਕੇ ਵਧਣਾ ਚਾਹੀਦਾ? ਜ਼ਰੂਰ ਅੱਗੇ ਆਉਣਾ ਚਾਹੀਦਾ ਵਾ, ਮਹਿਲਾਵਾਂ ਕਿਹੜੀਆਂ ਮਰਦਾਂ ਨਾਲੋਂ ਘੱਟ ਨਹੀਂ ਆ, ਸਾਰਾ ਕੁਝ ਕਰ ਸਕਦੀਆਂ ਵਾ, ਪਰ ਥੋੜਾ ਆਪਣਾ ਜਿੱਦਾਂ
सिस्टम ही इदा कद घर महिला करे आंदे चलो अहीं अगे जाके बंदे आ जांदे अहीं काम कर लैंदे आ हां ते अहीं आने पर जिहड़ा वी चुनिया जांदा वा जां मर्द आ जां औरत आ उहनूं ही अगे जाके अपने सगों काम करने चाहीदे खुल के अगे आउणा चाहीदा वा तकरीबन जो पिंड गलियां नालियां रेंदे ने कि नालियां नहीं बनिया गलियां हर पिंड दे विच झगड़ा सिर्फ इसे गल दा कि पानी दा निकास है नहीं पर इस वास्ते किहड़े मुद्दे रखे ने जिहड़े हुण इस बार सरपंच जी नाल डिस्कस करोगे पंचायत घर बने छोटा जिहा साडा ते स्कूल बच्चा दा बहुत खराब हालत विच आ ओह सुधार होवे ओहदा बच्चा वास्ते ग्राउंड होवे बच्चा दे खेडण वास्ते समान मिले सानू ते इही अहीं चाहुंदे आ फिर बाकी लाइटां वगैरा जो भी आ पिंड दे सड़कां दा काम आ थोड़ा बहुत रहिंदा ओह बाकी काफी ओदां साडे जिहड़ियां गलियां नालियां दा ते तकरीबन हुण होया ही आ ते बाहर इक फिरनी दा आने आ बच्चे आंदे आ सारे भी ओह भी काम अपना दुख सुख फोल सकन कोई सिलाई कढ़ाई की गल कर सकन कोई इहो जिहा काम कीता कर सकन क्योंकि पंचायतां दे हत्थ च हुंदा हां जी हां जी जरूर अहीं ते चाहुंदे आ कि जिथे महिलावां बह के थोड़ा अपना कोई गल बात भी कर सकन बैठ के अपना कोई सोच सकन कोई सिलाई कढ़ाई दा जां कुछ है ना इदां दा भी कुछ होना चाहिदा जरूर ठीक है जी सब ने होर भी भाजी मौजूद रहे जिस तरीके नाल आपां गल कर रहे हां वख वख सत दे विच बैठे होए बुजुर्गां नाल नौजवान नाल सूझवान लोकां नाल हां जी भाजी की नाम है अपना जी बलवंत सिंह की कहना चाहते हो जिस तरीके का सत्थ लगी आ तुसी भी बने हो मैं देखिया कि तुसी सीनियर लग रहे हो सारे जो टिप टॉप बैठे हो लगता सरपंच तुहानू चुन लिया हां जी बड़ी वधिया गल है जी फिर तो तुसी तुहानू वधाई दी गल है सरपंच बने हो बड़े पिंडां दे विकास हुंदे ने की सोच के इस वार रखिया कि केड़े मुद्दे रख के चलना आ केड़े विकास दे काम कराउणे आ देखो जी मैं ते पिंड दे सारे सज्जना मित्रां नाल भैण भरावां नाल बड़ा सहमत आ खुश हां जिन्हां ने मैनूं अगे लाया और मैं ये चाहना भी मेरे नाल पिंड वाले सारे सहयोग देन साथ देन जिहड़े काम होण वाले रहिंदे ने सारयां नूं पता उह अहीं काम सारे अगे होके करावांगे जिदा जिदा भी हौली हौली होंगे जाएंगे वो नेपरे चाढ़ा सारे कमां जिदा जिदा लोग आखन उदा उदा ही होगा यह कोई गल नहीं क्योंकि जिते पिंड इकट्ठे होना पिंड का उत्थे किसी चीज की भी घाट नहीं रही वो जो जी चाहे बना सकते पर जिस तरीके आप वेख रहे कि सरहदी पिंड आ काफी मुश्किल होनी है एदिया जिस तरीके आप गल की कन्वेंस का प्रोग्राम कोई भी बस नहीं आती कोई मिनी बस या डिस्ट्रिक्ट रोड भी कोई भी नहीं बसा आदि यह भी वड्डिया मुश्किल हो फिर पंचायत के भी मते पैणगे गाड़ी जी गल इस तरह भी जी सा सड़क है ना थोबे तो लैके तो पांच ग्राइया तक यो ही साढ़े को रूट आ जोड़ा इस करके बंद होया पे भी सड़क के पले कख नहीं सड़क बहुत बड़े बड़े टोए ने जिन्ना चर सड़क नहीं ना बनती उन्ना चर अगे मैं मतलब गल की जनरल मैनेजर साहब ने पंजाब रोड बटाला दो नंबर उन्होंने यो गल रखी ही भी बसा चल सकन कोई यहोजी गल नहीं ना चलन चलावे पर पहला तुम सड़क का बंदोबस्त करो हूँ साड़ी सड़क मंजूर हो गई है मिनती करके लै गए मेरा ख्याल है छेती जरा काम शुरू हो जाएगा सड़क बन गई बस जरूर लगा जिदा मर्जी हो ठीक है बिल्कुल सरपंच साहब कहते कि आने वाले समय जल्दी बस भी लगाई जाऊगी हाँ जी भाजी की कहना चाहते हो साथ च बैठे हो साथ दे विच विचारां चलदियां ने जो बैठते हैं कि पिंड दे काम केड़े केड़े पेंडिंग रखे ने काम जो हम उस नवे सरपंच गाड़ी रखे जाने की पिछले जी सरपंच जी सहमति ना बने से हूँ आह काम करते हैं कुछ रह गए ने केड़े काम ने जी जेड़े काम रह गए जिस तरह पिंड दी फिरनी आ जां बच्चों वास्ते स्टेडियम आ जां जिम दा समान आ जां एक साडे स्कूल दी हालत माड़ी आ ये चीजा सारियां जिहड़ियां आ ओह आपां मेन अपने रख के चले आ भी ये जिहड़ा आउण वाली पंचायत दे कोलों ये जोर दे के करवाउणा आ भी एक नाल नाल जिहड़ा अज जिहड़ा प्रदूषण दी बहुत माड़ी हालत आ उहदे नाल नाल पिंड दे दुआले जिहड़े एक वधिया जिहड़े आ फुल बूटे ला के फलदार बूटे ला के एक पिंड दी शान जिहड़ी आ ओह बनाउण तक आ पंचायत नूं जोर देवांगे भी नवी पंचायत जिहड़ी आ ओह इहदे वल अचेचा ध्यान दे के ਤੇ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਇੱਕ ਵਿਕਾਸ ਇਹ ਕਰਨ ਵਾਲੀ ਗੱਲ ਆ ਉਹ ਇਹ ਕਰੇ ਪਰ ਜਿਸ ਤਰੀਕੇ ਨਾਲ ਆਪਾਂ ਸਰਪੰਚ ਚੁਣਦੇ ਆ ਸਰਪੰਚ ਕੋਲ ਜਿਹੜਾ ਅਹੁਦਾ ਬੜਾ ਵੱਡਾ ਅਹੁਦਾ ਹੁੰਦਾ
ਵੈਸਟਡ ਉਹਦਾ ਹੁੰਦਾ ਕਿ ਉਹ ਜਿਹੜੇ ਆ ਆਪਣੀ ਆਵਾਜ਼ ਜਿਹੜੀ ਆ ਐਮ ਐਲ ਏ ਜ਼ਿਕਰ ਪਹੁੰਚਾਉਂਦੇ ਨੇ, ਐਮ ਐਲ ਏ ਗਾਂ ਮੁੱਖ ਮੰਤਰੀ ਜ਼ਿਕਰ ਪਹੁੰਚਾਉਂਦੇ ਨੇ, ਫਿਰ ਜਿਹੜੇ ਸਾਡੇ ਕੁਛ ਨਿੱਜੀ ਕੰਮ ਨਹੀਂ ਕਹਿ ਸਕਦੇ ਆਪਾਂ ਪਿੰਡ ਦੇ ਸਾਂਝੇ ਕੰਮ ਹੁੰਦੇ ਉਹ ਕਿਤੇ ਨਾ ਕਿਤੇ ਹੋ ਜਾਂਦੇ ਨੇ। ਕੋਈ ਅਜਿਹੇ ਕੰਮ ਵੀ ਸੋਚੇ ਹੋਣੇ ਆ ਜਿਸ ਤਰੀਕੇ ਨਾਲ ਬਾਰਡਰ ਦਾ ਜੇ ਆਪਾਂ ਗੱਲ ਕਰੀਏ, ਆਖਰੀ ਪਿੰਡ ਆ ਬਿਲਕੁਲ ਨਾ ਰਾਵੀ ਦਰਿਆ ਪੈਂਦਾ, ਰਾਵੀ ਦਰਿਆ ਦੇ ਕੰਢੇ ਤੇ ਵਸਿਆ ਪਿੰਡ ਆ, ਕਿ ਉਹ ਵੀ ਕੋਈ ਮੁੱਦੇ ਰੱਖੇ ਹੋਣੇ ਨੇ ਜਿਸ ਤਰੀਕੇ ਨਾਲ ਵੀ ਉਹ ਵੀ ਗੱਲ ਡਿਸਕਸ ਕੀਤੇ ਜਾਣਗੇ, ਉਹਦੇ ਮਤੇ ਪਾਏ ਜਾਣਗੇ। ਇੱਕ ਜਿਹੜੇ ਬਾਰਡਰ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਲੋਕਾਂ ਦੀ ਜ਼ਮੀਨ ਆ ਉਹ ਪੰਜਾਬ ਗੌਰਮੈਂਟ ਦੀ ਆ ਜਾਂ ਫੌਜੀ ਲਾਟੀ ਆ ਜਾਂ ਕੋਈ ਹੋਰ ਪਨਾਹੀ ਕਦੀਮ ਆ, ਉਹ ਇਹਨਾਂ ਵਿਭਾਗਾਂ ਦੇ ਵਿੱਚ ਵੰਡੀ ਹੋਈ ਆ ਤੇ ਲੋਕ ਉਹਨੂੰ ਕਈਆਂ ਦਹਾਕਿਆਂ ਤੋਂ ਲੰਮੇ ਸਮੇਂ ਤੋਂ ਜਿਹੜੀ ਆਬਾਦ ਕਰਕੇ ਬੈਠੇ ਆ ਪਰ ਉਹ ਮਾਲਕ ਨਹੀਂ ਉਹਦੇ। ਇਹ ਜਿਹੜੀ ਆ ਇਹ ਮਤੇ ਪਵਾ ਕੇ ਇਹ ਜਿਹੜੇ ਸਰਕਾਰ ਤੱਕ ਇੱਕ ਰੱਖਾਂਗੇ ਵੀ ਇਹ ਜਿਹੜੇ ਲੋਕਾਂ ਨੇ ਲੰਮੇ ਸਮੇਂ ਤੋਂ ਜ਼ਮੀਨਾਂ ਆਬਾਦ ਕੀਤੀਆਂ ਇਹਨਾਂ ਦੇ ਜਿਹੜੇ ਮਾਲਕੀ ਹੱਕ ਆ ਉਹਨਾਂ ਲੋਕਾਂ ਨੂੰ ਦਿੱਤੇ ਜਾਣੇ ਚਾਹੀਦੇ ਆ, ਇਹ ਜ਼ਮੀਨ ਜਿਹੜੀ ਆ ਉਹਨਾਂ ਲੋਕਾਂ ਦੇ ਨਾਂ ਕੀਤੀ ਜਾਣੀ ਚਾਹੀਦੀ ਆ। ਇਹਦੇ ਨਾਲ ਨਾਲ ਹੀ ਜਿਸ ਤਰ੍ਹਾਂ ਦਰਿਆ ਤੋਂ ਪਾਰ ਲੋਕਾਂ ਨੂੰ ਬਿਜਲੀ ਟਿਊਬਵੈਲ ਕਨੈਕਸ਼ਨਾਂ ਦੀ ਜਿਹੜੀ ਆ ਬਹੁਤ ਜ਼ਰੂਰਤ ਆ, ਜਿਹੜਾ ਕਿ ਲੋਕ ਉੱਥੇ ਡੀਜ਼ਲ ਬਾਲ ਕੇ ਜਾਂ ਆਪਣੇ ਸੋਲਰ ਨਿੱਜੀ ਪੈਸੇ ਖਰਚ ਕੇ ਲੈ ਰਹੇ ਆ, ਵੀ ਉਹ ਇਹ ਤੋਂ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਇਸ ਗੱਲ ਤੇ ਮਦਦ ਕਰੇ ਵੀ ਲੋਕਾਂ ਨੂੰ ਟਿਊਬਵੈਲ ਕਨੈਕਸ਼ਨ ਜਿਹੜੇ ਉਹ ਦੇਵੇ ਤਾਂ ਕਿ ਉੱਥੇ ਡੀਜ਼ਲ ਬਹੁਤ ਮਹਿੰਗਾ ਆ ਤਾਂ ਉਹ ਡੀਜ਼ਲ ਬਾਲ ਕੇ ਲੋਕਾਂ ਨੂੰ ਖੇਤੀ ਕਰਨੀ ਔਖੀ ਆ। ਇਹ ਜਿਹੜੇ ਆ ਇਹੋ ਜਿਹੇ ਮੁੱਦੇ ਆ ਉਹ ਸਿਰਫ ਪੰਚਾਇਤ ਦੇ ਕੋਲੋਂ ਜਿਹੜੇ ਆ ਇਹ ਸਰਕਾਰ ਦੇ ਅੱਗੇ ਰਖਵਾਵਾਂਗੇ। ਬਿਲਕੁਲ, ਜਿਸ ਤਰੀਕੇ ਨਾਲ ਗੱਲ ਕਰ, ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਹੋ? ਜਿਸ ਤਰੀਕੇ ਨਾਲ ਸਰਕਾਰ ਨੇ ਸਰਬਸੰਮਤੀ ਦੇ ਵਿੱਚ ਕੁਛ ਰੱਖੀਆਂ ਨੇ ਸ਼ਰਤਾਂ ਕਿ ਜਿਹੜੇ ਪਿੰਡ ਦੀ ਸਰਬਸੰਮਤੀ ਹੁੰਦੀ ਆ ਉਸ ਨੂੰ 5 ਲੱਖ ਰੁਪਇਆ ਦਿੱਤਾ ਜਾਊਗਾ, ਪੰਚਾਇਤ ਨੂੰ ਇੱਕ ਸਟੇਡੀਅਮ ਦਿੱਤਾ ਜਾਊਗਾ, ਨਾਲ ਨਾਲ ਇੱਕ ਜਿਸ ਤਰੀਕੇ ਨਾਲ ਡਿਸਪੈਂਸਰੀ ਦਾ ਵੀ ਜਿਹੜੇ ਆ ਦਿੱਤੀ ਜਾਊਗੀ। ਕੀ ਇਹ ਮੰਗਾਂ ਤੇ ਫਿਰ ਸਰਕਾਰ ਕੋਲ ਮੰਗ ਕਰੋਗੇ ਕਿ ਜਲਦੀ ਜਲਦੀ ਤਿਆਰ ਹੋਣ? ਪਹਿਲਾਂ ਵੀ ਰੱਖੀਆਂ ਸੀ ਇਹ ਮੰਗਾਂ? ਹਾਂਜੀ ਹਾਂਜੀ, ਪਹਿਲਾਂ ਵੀ ਤੁਸੀਂ ਸਾਡੇ ਪਿੰਡ ਆਉਂਦੇ ਰਹੇ ਜੀ, ਆਪਾਂ ਸੱਥ ਚ ਬਹਿੰਦੇ ਰਹੇ ਆ, ਸਾਡੀ ਉਦੋਂ ਵੀ ਇਹੋ ਮੰਗ ਸੀ ਸਰਕਾਰ ਗਾੜੀ ਵੀ ਜਿਹੜੀਆਂ ਜ਼ਰੂਰੀ ਮੰਗਾਂ ਨੇ ਪਿੰਡ ਦੀਆਂ ਕਿ ਇਲਾਕੇ ਦੀਆਂ ਮੰਗਾਂ ਨੇ ਉਹਨਾਂ ਨੂੰ ਇਹ ਜਿੱਦਾਂ ਮਹੱਲਾ ਕਲੀਨਿਕ ਬਣਨੇ ਚਾਹੀਦੇ ਵਧੀਆ, ਸਟੇਡੀਅਮ ਬਣਨੇ ਚਾਹੀਦੇ ਵਧੀਆ, ਸਕੂਲਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਬੱਚੇ ਜਿਹੜੇ ਉਹਦੇ ਵਿੱਚ ਬਹਿਣ ਯੋਗ ਨਹੀਂ ਹੈਗੀਆਂ, ਉਹਨਾਂ ਨੂੰ ਬਿਲਕੁਲ ਸਹੀ ਹਾਲਤ ਦੇ ਵਿੱਚ ਕਰਨਾ ਚਾਹੀਦਾ ਤੇ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਜਿਹੜਾ ਇਹਨਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਉਹ ਪੰਚਾਇਤ ਗੜੀ ਅਸੀਂ ਵਧਾ ਰੱਖਾਂਗੇ ਵੀ ਵੱਧ ਤੋਂ ਵੱਧ ਰੁੱਖ ਲਾਏ ਜਾਣ, ਵੱਧ ਤੋਂ ਵੱਧ ਮਤਲਬ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾਵੇ, ਜਿਹੜੀਆਂ ਆਪਣੀਆਂ ਗੱਡੀਆਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਉਹਨਾਂ ਦਾ ਜਿਹੜਾ ਇਸਤੇਮਾਲ ਕੀਤਾ ਜਾਵੇ ਕਿ ਜਿਹੜਾ ਪਿੰਡ ਦੇ ਵਿੱਚ ਪ੍ਰਦੂਸ਼ਣ ਦਾ ਜਿਹੜਾ ਹੋਰ ਵੀ ਮਤਲਬ ਕੰਟਰੋਲ ਹੋ ਸਕੇ। ਇਸ ਲਈ ਸਾਡਾ ਅਸੀਂ ਪੰਚਾਇਤ ਨੂੰ ਜ਼ਰੂਰ ਇਹ ਮਤੇ ਲਿਖ ਕੇ ਦੇਵਾਂਗੇ, ਪਿੰਡ ਦੇ ਵਿੱਚ ਸਟਰੀਟ ਲਾਈਟਾਂ ਲਵਾਵਾਂਗੇ, ਸ਼ੀਸ਼ੇ ਜਿੱਦਾਂ ਮੋੜਾਂ ਦੇ ਉੱਤੇ ਮਤਲਬ ਜਿਹੜੇ ਇਹ ਕੰਮ ਨੇ ਛੋਟੇ ਛੋਟੇ, ਜਿੱਦਾਂ ਹੁਣ ਸਾਡੇ ਪਿੰਡ ਸਾਡੇ ਕੋਲ ਗ੍ਰਾਂਟ ਆਈ ਸੀ, ਮਤਲਬ ਉਦੋਂ ਸਾਡੀ ਪੰਚਾਇਤ ਨਹੀਂ ਹੈਗੀ, 20 ਲੱਖ ਰੁਪਇਆ ਛੱਪੜ ਦਾ ਆਇਆ ਸੀ, ਅਸੀਂ ਸਾਥੀਆਂ ਨੇ ਸਾਡੇ ਮਤਲਬ ਜਥੇਬੰਦੀ ਵਾਲਿਆਂ ਨੇ ਅਸੀਂ ਅੱਬਲ ਦੀਆਂ ਇੱਟਾਂ ਲਵਾਈਆਂ ਨੇ, ਵਧੀਆ ਕੰਮ ਹੋਇਆ ਹੈ, ਕੁਝ ਜਿਹੜਾ ਥੋੜਾ ਸਾਡਾ ਛੱਪੜ ਦਾ ਕੰਮ ਰਹਿੰਦਾ ਹੈ ਉਹ ਵੀ ਇਹਨਾਂ ਨੂੰ ਕਹਿ ਕੇ ਅਸੀਂ ਜ਼ਰੂਰ ਕਰਵਾਵਾਂਗੇ। ਅਸੀਂ ਜਿਹੜੇ ਰਹਿੰਦੇ ਕੰਮ ਆ ਉਹ ਅਸੀਂ ਆਪਣੇ ਸਰਪੰਚ ਸਾਹਿਬ ਨਾਲ ਗੜੀ ਇਹ ਰੱਖ ਕੇ ਤੇ ਜ਼ਰੂਰੀ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੇ, ਸਾਰਾ ਨਗਰ ਹੀ ਮਤਲਬ ਇਕੱਲੇ ਸਰਪੰਚ ਸਾਹਿਬ ਨਹੀਂ ਜਾਂ ਇਕੱਲੀ ਪੰਚਾਇਤ ਨਹੀਂ, ਸਾਡਾ ਸਾਰਾ ਨਗਰ ਜਿਹੜਾ ਉਹ ਹਿਸਾਬ ਨਾਲ ਸਰਪੰਚ ਵੀ ਆ ਤੇ ਪੰਚਾਇਤ ਵੀ ਆ, ਸਾਰਾ ਕੰਮ ਰਲ ਕੇ ਕਰਦੇ ਆ। ਬਿਲਕੁਲ, ਬੜੀ ਵਧੀਆ ਗੱਲ ਹੈ, ਸਾਡਾ ਪਿੰਡ ਸਾਰਾ ਹੀ ਸਰਪੰਚ ਆ ਤੇ ਸਾਰੀ ਪੰਚਾਇਤ ਆ। ਬਿਲਕੁਲ, ਸਾਡੇ ਨਾਲ ਸਾਬਕਾ ਸਰਪੰਚ ਵੀ ਮੌਜੂਦ ਨੇ ਦੋਨੇ, ਜੇ ਆਪਾਂ ਗੱਲ ਕਰੀਏ ਜੇ ਜਿਸ ਤਰੀਕੇ ਨਾਲ ਉਹਨਾਂ ਚਾਰ ਟਰਮਾਂ ਦੀ ਗੱਲ ਕੀਤੀ ਆ ਤੇ 3 ਸਰਪੰਚ ਸਾਡੇ ਨਾਲ ਮੌਜੂਦ ਨੇ ਇਸ ਵੇਲੇ, ਤੁਸੀਂ ਸਾਬਕਾ ਸਰਪੰਚ ਰਹੇ ਹੋ, ਹਾਂਜੀ, ਕਿਸ ਤਰੀਕੇ ਦਾ ਪਿਆਰ ਹੁੰਦਾ ਪਿੰਡ ਦੇ ਵਿੱਚ ਜਦੋਂ ਸਰਬਸੰਮਤੀਆਂ ਹੁੰਦੀਆਂ? ਕਿਉਂਕਿ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਜਦੋਂ ਸਰਪੰਚੀ ਬਣਾਉਣੀ ਹੁੰਦੀ ਵੱਡੇ ਪੱਧਰ ਤੇ ਜਿਹੜੇ ਤਰਲ ਪਦਾਰਥ ਵਰਤੇ ਜਾਂਦੇ ਨੇ, ਬੜੇ ਖਰਚੇ ਕਰਨੇ ਪੈਂਦੇ ਨੇ, ਉਹ ਲਗਾਤਾਰ ਜੇ ਗੱਲ ਕਰੀਏ ਤੇ 10-15 ਦਿਨ 20 ਦਿਨ ਜੇ ਉਹ ਚੋਣ ਪ੍ਰਕਿਰਿਆ ਚੱਲਦੀ ਹੈ ਤੇ ਰੋਟੀਆਂ ਖਵਾਉਣੀਆਂ ਹੋਰ ਵੀ ਸੇਵਾਵਾਂ ਕਰਨੀਆਂ ਹੁੰਦੀਆਂ, ਕੀ ਲੱਗਦਾ ਹੈ ਕਿੰਨਾ ਕੁ ਵਧੀਆ ਉਪਰਾਲਾ ਜਿਹੜਾ ਤੁਸੀਂ ਤੁਹਾਡਾ ਪਿੰਡ ਸਰਬਸੰਮਤੀ ਕਰ ਲੈਂਦਾ? ਹਾਂਜੀ, ਇਸ ਤਰ੍ਹਾਂ ਬੇਨਤੀ ਆ ਵੀ ਉਹ ਲੋਕਾਂ ਵਾਲੀ ਤੁਸੀਂ ਹਰ ਪਿੰਡ 'ਚ ਜਾਂਦੇ ਜੇ ਪੰਜਾਬ 'ਚ ਤੁਸੀਂ ਬਹੁਤ ਥਾਂ ਵੇਖਿਆ ਹੋਊਗਾ ਵੀ ਇਹ ਜਿਹਾ ਟਾਈਮ ਵੇਖਣ ਡਿਆ ਜੀ ਤੁਸੀਂ, ਇਹ ਤਾਂ ਨਸ਼ੇ ਤੋਂ ਬਗੈਰ ਬੰਦੇ ਰਹਿ ਨਹੀਂ ਸਕਦੇ। ਸਾਡੇ ਪਿੰਡ ਕੋਲ ਨਸ਼ੇ ਦੀ ਬਹੁਤ ਘੱਟ ਵਰਤੋਂ ਆ, ਕੋਈ 1-2-4 ਇਨਸਾਨ ਹੋਣਗੇ ਜਿਹੜਾ 1-2 ਪੈਗ ਲਾ ਕੇ ਰਾਤ ਮੱਝਾਂ ਨਾਲ ਰੋਟੀ ਪਾਣੀ ਖਾ ਕੇ ਬੜਾ ਪ੍ਰੇਮ ਪਿਆਰ ਆ, ਬਹੁਤ ਚਿਰ ਤੋਂ ਹੀ ਵਧੀਆ ਚੱਲ ਰਿਹਾ ਕੰਮ, ਇਹੋ ਜਿਹੀ ਕੋਈ ਗੱਲਬਾਤ ਨਹੀਂ ਸਾਡੇ ਪਿੰਡ ਦੇ ਵਿੱਚ। ਬੜੇ ਪਿਆਰ ਸਤਿਕਾਰ ਨਾਲ ਹੀ ਸਰਬਸੰਮਤੀ ਨਾਲ ਮੈਂਬਰ ਸਰਪੰਚ ਸਾਹਿਬ ਆਪ ਸਾਰੇ ਚੁਣ ਕੇ ਵਧੀਆ ਇਨਸਾਨ ਬਣਾਏ ਨੇ। ਇਹ ਨਹੀਂ ਵੀ ਕਹਿਣੇ ਕੀ ਬਾਤ ਕਿਆ ਕਹੂੰ ਮੈਂ, ਬੋਲਤੀ ਹੀ ਬੜਲਾਜ, ਅਸੀਂ ਜੋ ਬਣਾਏ ਆ ਸਹੀ ਬਣਾਏ ਵੀ ਸਹੀ ਨੇ, ਨਹੀਂ ਤੇ ਬਹੁਤੇ ਥਾਈ ਤੇ ਇਹੋ ਕਹੀ ਜਾਂਦੇ ਨੇ ਜੀ ਅਸੀਂ ਬਹੁਤ ਵਧੀਆ ਬੜਿਆ ਇਨਸਾਨ ਬਣਾਇਆ, ਤੇ ਉਹ ਰਾਤ ਨੂੰ ਭਾਵੇਂ ਖਾ ਪੀ ਕੇ ਤੇ ਉੱਠਣ ਜੋਗਾ ਵੀ ਨਾ ਆਵਾਜ਼ ਮਾਰਿਆ ਆਵੇ, ਪਰ ਸਾਡੇ ਪਿੰਡ ਇਹੋ ਜਿਹੀ ਕੋਈ ਗੱਲ ਨਹੀਂ ਕੀ ਬਹੁਤ ਵਧੀਆ ਇਨਸਾਨ ਨੇ। ਤੇ ਸਾਡੀ ਇੱਕ ਬੇਨਤੀ ਇਹੋ ਜ਼ਰੂਰ ਆ ਵੀ ਪਾਰ ਜਿਹੜੀ ਰਾਵੀ ਦਰਿਆ ਤੋਂ ਪਾਰ ਜ਼ਮੀਨ ਆ ਉਹ ਪਾਣੀ ਤੋਂ ਬਹੁਤ ਵਾਂਝੀ ਆ ਤੇ ਕਨੈਕਸ਼ਨ ਦਿੱਤੇ ਜਾਣ। ਪਹਿਲਾਂ ਤੁਹਾਨੂੰ ਕੈਪਟਨ ਸਾਹਿਬ ਨੇ ਵੀ ਹਾਂ ਕੀਤੀ ਸੀ 300 ਕਨੈਕਸ਼ਨਾਂ ਦੀ, ਪਰ ਦਿੱਤੇ ਉਹਨਾਂ ਵੀ ਨਹੀਂ ਸੀ, ਤੇ ਅਸੀਂ ਹੁਣ ਆਮ ਪਾਰਟੀ ਨੂੰ ਬੇਨਤੀ ਕਰਾਂਗੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਪਾਰ ਇਹ
ਜਿਹੜੇ ਜ਼ਮੀਨਾਂ ਕਨੈਕਸ਼ਨ ਤੋਂ ਬਗੈਰ ਨੇ ਇਹਨਾਂ ਨੂੰ ਕਨੈਕਸ਼ਨ ਦਿੱਤੇ ਜਾਣ, ਕਿਉਂਕਿ ਸਾਡੇ ਡੀਜ਼ਲ ਦੀ ਜਿਹੜੀ ਬਚਤੋ ਜੇ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ, ਜਿਸ ਤਰੀਕੇ ਵੇਖੋ ਸਾਬਕਾ ਸਰਪੰਚ ਦੋਵੇਂ ਇਕੱਠੇ ਬੈਠੇ ਨੇ, ਜੇ ਬੜੀ ਵੱਡੀ ਗੱਲ ਹੈ, ਕਿਉਂਕਿ ਤਕਰੀਬਨ ਜਦੋਂ ਆਪਾਂ ਸਰਪੰਚਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਦੀ ਫੁੱਟ ਪੈ ਜਾਂਦੀ ਹੈ ਪੰਚਾਇਤਾਂ ਆਉਣ ਚ, ਸਰਪੰਚ ਇੱਕ ਦੂਜੇ ਨੂੰ ਵੇਖ ਕੇ ਨਹੀਂ ਸਿਖਾਉਂਦੇ। ਅਸਲ ਵਿੱਚ ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ, ਮੈਂ ਪਤਾ ਲੱਗਾ। ਅੱਜ ਫਿਰ ਪੰਚਾਇਤ ਚੁਣੀ ਗਈ ਆ, ਬੜੇ ਵਧੀਆ, ਇੱਕ ਸਾਲ ਪਹਿਲਾਂ ਪੰਚਾਇਤ ਚੁਣ ਲਈ ਸੀਗੀ। ਅੱਜ ਹੁਣ ਕਿਹੜੇ ਮੁੱਦੇ ਰਹਿ ਗਏ ਨੇ ਜਿਹੜੇ ਕੰਮ ਤੁਹਾਡੇ ਕੋਲੋਂ ਪੈਂਡਿੰਗ ਰਹਿ ਗਏ ਸੀ, ਜਿਹੜੇ ਤੁਸੀਂ ਹੁਣ ਅਗਲੀ ਪੰਚਾਇਤ ਵਾਸਤੇ ਪੈਂਡਿੰਗ ਰੱਖੇ ਨੇ? ਮੁੱਦੇ ਤਾਂ ਜੀ ਸਰ ਬਹੁਤ ਜ਼ਿਆਦਾ ਨੇ, ਅਜੇ ਤੇ ਬੜੇ ਕੰਮ ਹੋਣ ਵਾਲੇ ਪਿੰਡਾਂ ਦੇ ਵਿੱਚ, ਤੇ ਮੈਂ ਸਰਪੰਚ ਸਭਾ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਕੰਮ ਸਾਡੇ ਤੋਂ ਅਧੂਰੇ ਰਹਿ ਗਏ ਆ ਉਹ ਗਾੜੀ ਲੱਗ ਕੇ ਕਰਨ, ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਵੀ ਕੰਮ ਕਰਨਗੇ। ਅਸੀਂ ਜਿਹੜੇ ਵੀਰ ਨੇ ਗੱਲ ਦੱਸੀ ਆ ਵੀ ਜੇ ਕੋਈ ਬੰਦਾ ਨਾਰਾਜ਼ ਹੁੰਦਾ ਤਾਂ ਅਸੀਂ ਕਹਿ ਦਿੰਦੇ ਭਰਾ ਤੂੰ ਨਾਰਾਜ਼ ਨਾ ਹੋ, ਤੂੰ ਮੈਂਬਰੀ ਲੈ ਲਾ, ਮੈਂ ਛੱਡ ਦਿੰਦਾ। ਹਾਂ, ਅਸੀਂ ਬੰਦੇ ਕੋਈ ਨਾਰਾਜ਼ ਨਹੀਂ ਹੋਣ ਦਿੰਦੇ, ਜੇ ਕੋਈ ਮੈਂਬਰੀ ਤੋਂ ਨਾਰਾਜ਼ ਹੋ ਗਏ ਸਰਪੰਚੀ ਦੀ ਭੰਗ ਪਾਉਂਦਾ ਤੁਹਾਨੂੰ ਕਹੀਦਾ ਵੀ ਤੂੰ ਮੈਂਬਰ ਬਣ ਜਾ, ਅਸੀਂ ਨਹੀਂ ਬਣਦੇ। ਇਸ ਪਿੰਡ ਦੀ ਇੱਕ ਵੱਡੀ ਖਾਸ ਗੱਲ ਹੈ ਕਿ ਜੇ ਕੋਈ ਮੈਂਬਰ ਕੋਈ ਬੰਦਾ ਪਿੰਡ ਦਾ ਨਾਰਾਜ਼ ਹੁੰਦਾ ਤਾਂ ਉਸ ਨੂੰ ਕਿਹਾ ਜਾਂਦਾ ਕਿ ਬੀਜੀ ਤੂੰ ਮੈਂਬਰ ਬਣ ਜਾ, ਤੂੰ ਸਰਪੰਚ ਬਣ ਜਾ। ਸਾਡੀ ਕੋਲ ਸਾਡੇ ਨੌਜਵਾਨ ਵੀ ਮੌਜੂਦ ਨੇ। ਹਾਂਜੀ ਵੀਰ ਜੀ, ਕੀ ਨਾਂ ਹੈ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਸਿੰਘ ਜੀ, ਨੌਜਵਾਨ ਹੋ, ਵੇਖਿਆ ਕਿ ਜ਼ਿਆਦਾਤਰ ਜਦੋਂ ਇਲੈਕਸ਼ਨ ਹੁੰਦੀਆਂ ਨੌਜਵਾਨਾਂ ਨੂੰ ਜ਼ਿਆਦਾ ਕੰਮ ਹੁੰਦਾ ਹੈ, ਪੰਫਲੇਟ ਛਪਾ ਲਾ, ਯੇ ਕਰ ਲਾ, ਬੜੇ ਕੰਮ ਹੁੰਦੇ ਨੇ, ਯਾਰੀ ਦੋਸਤੀ ਵੀ ਲਾਉਣੀ ਪੈਂਦੀ, ਪਰ ਇੱਕ ਸਰਬ ਸੰਮਤੀ ਹੁੰਦੀ। ਕਿੰਨਾ ਕੁ ਵਧੀਆ ਉਪਰਾਲਾ ਹੈ ਜਿਹੜਾ। ਮੈਂ ਕਿਹਾ ਸਰਬ ਸੰਮਤੀ ਵਰਗੇ ਰੀਸ ਕੋਈ ਨਹੀਂ ਜੇ, ਕਿ ਚਲੋ ਵਧੀਆ ਤਾਂ ਬਲਵੰਤ ਸਿੰਘ ਨੂੰ ਚੁਣਿਆ, ਸਰਦਾਰ ਬਲਵੰਤ ਸਿੰਘ ਜੀ, ਤੇ ਇਹਨਾਂ ਚਲੋ ਆਖਿਆ ਕੰਮ ਨਿੱਕੇ ਨਿੱਕੇ ਪਿੰਡ ਦੇ ਕੰਮ ਹੋਣ ਵਾਲੇ ਆ, ਤੇ ਆ ਕੇ ਕਰੋ, ਤਗੜੇ ਹੋ ਕੇ ਤੁਹਾਡੇ ਨਾਲ ਆ ਅਸੀਂ, ਤੇ ਨਾਲ ਮੋਢਾ ਮੋਢਾ ਲਾ ਕੇ ਤੁਰਾਂਗੇ ਇਹਨਾਂ ਦੇ, ਤੇ ਕੰਮ ਕਰਵਾਵਾਂਗੇ ਜੀ। ਕਿਹੜੇ ਕੰਮ ਸੋਚੇ ਨੇ ਹੁਣ ਜਿਹੜੇ ਪਿਛਲੀ ਪੈਂਡਿੰਗ ਰਹਿ ਗਈ ਸੀ, ਕਿਉਂਕਿ ਜਿਸ ਤਰੀਕੇ ਦਾ ਸਮਾਂ ਚੇਂਜ ਹੁੰਦਾ ਕੰਮ ਵੱਧ ਜਾਂਦੇ ਨੇ, ਜਿਸ ਤਰੀਕੇ ਨਾਲ ਕਿਉਂਕਿ ਹੁਣ ਨਵਾਂ ਆ ਗਿਆ ਸਿਸਟਮ ਵੀ ਪਿੰਡ ਦੇ ਵਿੱਚ ਸੋਲਰ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ, ਜਿਸ ਤਰੀਕੇ ਨਾਲ ਸਟੇਡੀਅਮ ਬਣਨੇ ਚਾਹੀਦੇ ਨੇ, ਸਰਕਾਰ ਨੇ ਵੀ ਕਿਹਾ ਵਾ ਵੀ ਜਿਹੜੀ ਜਿਹੜੇ ਸਰਬਸੰਮਤੀ ਆਉਣਗੇ ਉੱਥੇ ਸਟੇਡੀਅਮ ਬਣਾਈ ਜਾਣਗੇ, ਡਿਸਪੈਂਸਰੀ ਖੋਲੀ ਜਾਏਗੀ। ਕੀ ਹੁਣ ਕਿਹੜੇ ਕੰਮ ਰੱਖੇ ਜਿਹੜੇ ਸਰਪੰਚ ਸਭ ਨੂੰ ਕਹਿ ਕੇ ਕਰਵਾਉਣੇ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ? ਬਿਲਕੁਲ, ਇੱਕ ਸਟੇਡੀਅਮ ਤੇ ਜ਼ਰੂਰੀ ਬਹੁਤ ਜ਼ਿਆਦਾ ਜੇ, ਇੱਕ ਨਾਲ ਜਿਮ ਦਾ ਕਰਾਵਾਂਗੇ, ਇੱਕ ਸ਼ਮਸ਼ਾਨ ਘਰ ਦਾ ਬਹੁਤ ਬੁਰਾ ਹਾਲ ਜੇ, ਜਿਹੜਾ ਕੋਈ ਆਉਂਦਾ ਆ ਜਾਂਦਾ ਵੀ ਉਹ ਉੱਥੇ ਆਉਣਾ ਹੁੰਦਾ, ਅਸਲੀ ਘਰ ਤੇ ਉਹ ਹੀ ਜੇ, ਤੇ ਜੋ ਉਹਨਾਂ ਸਹੀ ਬਣਾਇਆ ਤੇ ਫਿਰ ਕਿਹੜੀ ਚੀਜ਼ ਰਹਿ ਗਈ, ਬਸ ਉਹ ਕਰਾਵਾਂਗੇ। ਬਾਕੀ ਜੋ ਹੋਰ ਕੰਮ ਮੋਟਾ ਕੰਮ ਉਹ ਵੀ ਕਰਾਵਾਂਗੇ, ਚਾਰ ਚੁਫੇਰੇ ਫੁੱਲਾਂ ਫਲਾਂ ਵਾਸਤੇ ਬੂਟੇ ਲਾਵਾਂਗੇ, ਸੋਹਣਾ ਬਣਾਵਾਂਗੇ ਪਿੰਡ ਜੀ। ਬਿਲਕੁਲ, ਤੁਸੀਂ ਨੌਜਵਾਨ ਨੂੰ ਅਪੀਲ ਅਪੀਲ ਕੀ ਕਰੋਗੇ ਆਮ ਲੋਕਾਂ ਨੂੰ, ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ, ਕਿਉਂਕਿ ਜ਼ਿਆਦਾਤਰ ਵੇਖਦੇ ਕਿ ਨੌਜਵਾਨਾਂ ਵੱਲੋਂ ਜਿਹੜੀ ਜਿਹੜੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਆਪਣੇ ਮਾਂ ਪਿਓ ਨੂੰ ਵੀ ਪਾਪਾ ਖੜ ਜਾ ਕੋਈ ਗੱਲ ਨਹੀਂ ਮੈਂ ਸਾਂਭ ਲੂੰ, ਕੀ ਕਹਿਣਾ ਚਾਹੁੰਦੇ ਜਿਹਨਾਂ ਨੂੰ? ਨਹੀਂ ਨਹੀਂ, ਤਾਂ ਉਹ ਕਹਿਣਾ ਚਾਹੁੰਦੇ ਆ ਕਿ ਹਰ ਥਾਂ ਸਰਬਸੰਮਤੀ ਹੋਣੀ ਚਾਹੀਦੀ ਆ, ਲੜਾਈ ਤੋਂ ਬਚਣਾ ਚਾਹੀਦਾ। ਅੱਜ ਕੱਲ੍ਹ ਪੰਪ ਦੇ ਨਾਲ ਜ਼ਿਆਦੇ ਹੁੰਦੇ ਆ ਤੇ ਮਗਰ ਨਾਲ ਖੜਨ ਵਾਲਾ ਕੋਈ ਕੋਈ ਹੁੰਦਾ, ਜੇ ਸਰਬਸੰਮਤੀ ਹੋਊਗੀ ਸਭ ਕੁਝ ਵਧੀਆ ਆ ਜਾਵੇਗਾ ਕੰਮ ਵੀ ਸਭ। ਬਿਲਕੁਲ, ਜਿਸ ਤਰੀਕੇ ਨਾਲ ਨੌਜਵਾਨ ਨੇ ਕਿਹਾ ਕਿ ਸਰਬਸੰਮਤੀਆਂ ਹੋਣੀਆਂ ਚਾਹੀਦੀਆਂ, ਸਾਡੇ ਨਾਲ ਹੋਰ ਵੀ ਵੀਜ਼ਾ ਵੀਰ ਜੀ ਮੌਜੂਦ ਨੇ ਭਾਜੀ ਇੱਥੇ। ਬਿਲਕੁਲ, ਇਸ ਪਿੰਡ ਦੀ ਖਾਸ ਗੱਲ ਹੈ ਕਿ ਵੇਖੋ ਰਾਤ ਦਾ ਸਮਾਂ ਹੋ ਗਿਆ, ਪਰ ਰਾਤ ਹੁਣ ਇਸ ਵੇਲੇ ਵੀ ਇਹ ਸਾਰੀ ਮਹਿਫਲ ਜੰਮੀ ਹੋਈ ਆ, ਕਿਉਂਕਿ ਜਿਸ ਪਿੰਡ ਵਿੱਚ ਵੇਖ ਰਹੇ ਹਾਂ ਕਿ ਪਿੰਡ ਪਿੰਡ ਪ੍ਰਚਾਰ ਚੱਲ ਰਿਹਾ, ਕਿਤੇ ਨਾ ਕਿਤੇ ਲੋਕ ਆਪਣੇ ਲਈ ਘਰਾਂ 'ਚ ਬਹਿ ਕੇ ਲੋਕਾਂ ਨੂੰ ਵੋਟਾਂ ਲਈ ਕਹਿ ਰਹੇ ਨੇ, ਪਰ ਇੱਥੇ ਜਿਹੜਾ ਵਾ ਇੱਕ ਪਿਆਰ ਦਾ ਸਬੂਤ, ਮਹਿਲਾਵਾਂ ਵੀ ਬੈਠੀਆਂ ਨੇ ਸਾਰੇ ਬੈਠ ਕੇ ਵਿਚਾਰ ਕਰ ਰਹੇ ਨੇ ਕਿ ਕਿਹੜੇ ਕੰਮ ਹੋਣੇ ਚਾਹੀਦੇ ਨੇ। ਅੱਜ ਭਾਜੀ ਕੀ ਨਾਂ ਹੈ ਜੀ? ਜਸਪਾਲ ਸਿੰਘ। ਭਾਜੀ ਕੀ ਕਹਿਣਾ ਚਾਹੁੰਦੇ ਹੋ, ਕਿਹੜੇ ਹੁਣ ਕੰਮ ਰਹਿ ਗਏ ਨੇ ਜਿਹੜੇ ਹੁਣ ਇਸ ਵਾਰ ਕਰਾਉਣੇ ਨੇ? ਸਾਡਾ ਬੜਾ ਪਛੜਿਆ ਜੀ, ਅਸੀਂ ਕਰ ਲਿਆ ਉਹ, ਸਾਡੇ ਪਿੰਡ ਦੇ ਵਿੱਚ ਦੋ ਗੁਰਦੁਆਰੇ ਸੀ ਜੀ, ਇਹਨਾਂ ਸਾਰੇ ਭਰਾਵਾਂ ਨੇ ਸਲਾਹ ਕਰਕੇ ਤਾਂ ਅਸੀਂ ਇੱਕ ਕਰਤਾ ਜੀ। ਕੀ ਬਾਤ! ਇੱਕ ਗੁਰਦੁਆਰਾ ਹੋ ਗਿਆ, ਉਹਦੀ ਗਰਾਈ ਸੈੱਟ ਹੋ ਗਈ ਆ ਕਿੰਨੀ ਲਾਉਣੀ ਆ, ਉਹਦੀ ਜਗ੍ਹਾ ਮਿਹਨਤੀ ਹੋ ਗਈ ਆ, ਅਸੀਂ ਉਹ ਦੋ ਗੁਰਦੁਆਰਿਆਂ ਤੋਂ ਵੀ ਇੱਕ ਗੁਰਦੁਆਰਾ ਕਰਨ ਲੱਗੇ ਆ, ਤਾਂ ਕਿ ਜਿਹੜੀ ਭਾਈਚਾਰਕ ਸਾਂਝ ਆ ਉਹ ਹੋਰ ਵਧੇ। ਤੇ ਇੱਕ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਉਹ ਜੱਟਾਂ ਨੂੰ ਬਿਜਲੀ ਇੰਨੀ ਨਹੀਂ ਆਉਣੀ, ਕਿਉਂਕਿ ਗੌਰਮੈਂਟ ਕੋਲ ਬਿਜਲੀ ਹੈ ਵੀ ਨਹੀਂ। ਪਲਾਂਟਾਂ ਬਾਰੇ ਮੈਂ ਤੁਹਾਨੂੰ ਸਾਡਾ ਮੁੱਦਾ ਹੈਗਾ ਜੀ ਪੰਚਾਇਤ ਦਾ, ਕਿਉਂਕਿ ਅਸੀਂ ਸਰਕਾਰ ਕੋਲੋਂ ਤੁਹਾਡੇ ਪੰਚਾਇਤ ਮੁੱਦੇ ਮੱਤੇ ਪਾਏਗੀ, ਉਹ ਗੱਲ ਹੋਏਗੀ, ਪਰ ਆਪਾਂ ਪੰਚਾਇਤ ਦੀ ਗੱਲ ਕਰਾਂਗੇ ਕਿ ਹੁਣ ਜਿਹੜੇ ਪਿੰਡ ਦੇ ਵਿੱਚ ਕਿਹੜੀ ਡਿਸਪੈਂਸਰੀ ਦੀ ਗੱਲ ਕਰ ਸਕਦੇ ਹਾਂ ਆਪਾਂ, ਆਪਾਂ ਗੱਲ ਕਰ ਸਕਦੇ ਹਾਂ ਸਟੇਡੀਅਮ ਦੀ, ਆਪਾਂ ਸਕੂਲ ਨੂੰ ਵਧੀਆ ਬਣਾਉਣ ਦੀ ਗੱਲ ਕਰ ਸਕਦੇ, ਜਿਹੜੀ ਉਹਨਾਂ ਡਿਸਪੈਂਸਰੀ ਦੀ ਗੱਲ ਜਾਂ ਹੋਰ ਗੱਲਾਂ, ਇਹਦੇ ਕੋਲ ਸਾਡੀ ਵੋਟਿੰਗ ਨਹੀਂ ਹੈ, ਮੀਨਸ ਇੰਨਾ ਪਿੰਡ ਵੱਡਾ ਨਹੀਂ ਹੈ। ਸਕੂਲ ਬਣ ਜਾਏ, ਪੰਚਾਇਤ ਘਰ ਜਾਂ ਜੰਜ ਘਰ ਦੋਵਾਂ ਚੋਂ ਇੱਕ ਦੀ ਗ੍ਰਾਂਟ ਮਿਲ ਜਾਏ ਸਾਨੂੰ, ਉਹ ਬਣ ਜਾਏ। ਜੇ ਆਪਾਂ ਡਿਸਪੈਂਸਰੀ ਵੱਲ ਜਾਂਦੇ ਹਾਂ ਕਿ ਸਾਡੇ ਕੋਲ ਇੰਨੀ ਸਟਰੈਂਥ ਨਹੀਂ ਹੈ ਕਿ ਸਾਡੀ ਡਿਸਪੈਂਸਰੀ ਵੱਖ ਬਣ ਸਕੇ। ਇੱਕ ਇਹ ਜ਼ਰੂਰ ਮੈਂ ਕਹਿਣਾ ਚਾਹੂੰਗਾ ਤੁਹਾਡੇ ਪ੍ਰਚਾਰ ਮਾਧਿਅਮ ਰਾਹੀਂ ਵੀ ਜਿਹੜੀ ਸਰਕਾਰ ਦਾ ਇੱਕ ਬੜਾ ਵੱਡਾ ਐਲਾਨ ਆ ਕਿ ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ, ਹੈ ਨਾ, ਉਹਦੇ ਨਾਲ ਚੰਗੀ ਗੱਲ ਹੈ ਕਿ ਜਿਹੜੇ ਚੱਲਦੇ ਆ ਹੋਸਪਿਟਲ ਆ ਉਹਨਾਂ ਨੂੰ ਦਵਾਈ ਦੇ, ਉਹਨਾਂ 'ਚ ਕੋਈ ਦਵਾਈ ਨਹੀਂ ਮਿਲਦੀ, ਠੀਕ ਹੈ, ਉਹਨਾਂ 'ਚ ਹੀ ਦਵਾਈ ਮਿਲੇ। ਹੁਣ ਤੁਸੀਂ ਇੱਕ ਪੰਚਾਇਤ ਦੀ ਇਕੱਲੀ ਦੀ ਗੱਲ ਲੈ ਕੇ ਨਾ ਆਪਾਂ ਗੱਲ ਕਰੀਏ,
गुस्ताखी माफ इन्हों पुछ लो आखरी पिंड तंगाई मौजूद सी जिस तरीके पिंड दी सत लगी है बिलकुल इस वेले शाम दा टाइम रात दा टाइम है सारी सत लगी हुई है कितना कितने विचारां चल रही ने जिहड़ियां काम कार नूं लैके की सर्वसम्मति हो चुकी है किस तरीके दे काम होणगे नाल नाल वेखो किड्डी वड्डी गल उन्होंने कही कि पिंड दे विच साडी दो गुरद्वारे सी पर असीं सारिआं ने समझौता करके पिंड विच इक गुरद्वारा कर दित्ता कि जिहड़ी भाईचारक सांझ आ उस विच कोई दरार ना आवे कोई फर्क ना पवे क्योंकि जिस तरीके नाल असीं वेखदे आं कि छोटे छोटे पिंड हुंदे आ ते उहनां दे विच गुरद्वारे जिहड़े आ उह जे गल करिए मजहबी सिखां दा गुरद्वारा वक्खरा हो जांदा रामगढ़ियां दा गुरद्वारा वक्खरा हो जांदा जट सिखां दा गुरद्वारा वक्खरा हो जांदा इस तरीके नाल ਉਹ ਦੂਰੀਆਂ ਨੂੰ ਵੀ ਖਤਮ ਕੀਤਾ ਹੈ ਕਿ ਇੱਕੋ ਗੁਰਦੁਆਰਾ ਹੋਵੇ ਅਤੇ ਜਿਸ ਤਰੀਕੇ ਨਾਲ ਸਾਂਝੀ ਪੰਜਾਬ ਬਣੀ ਹੈ ਇਸੇ ਤਰੀਕੇ ਨਾਲ ਗੁਰੂ ਘਰ ਵੀ ਸਾਡੇ ਸਾਂਝੇ ਹੋਣ ਨਾਲ ਨਾਲ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰ ਪਿੰਡ 'ਚ ਚਾਹੀਦਾ ਕਿ ਜਿਸ ਤਰੀਕੇ ਨਾਲ ਪਿਆਰ ਮੁਹੱਬਤ ਨਾਲ ਸਹਿਮਤੀਆਂ ਹੋਣ ਸਰਬਸੰਮਤੀਆਂ ਹੋਣ ਜਿਹੜੇ ਕਿ ਲੜਾਈ ਝਗੜੇ ਤੋਂ ਬਚ ਕੇ ਅਤੇ ਸਰਕਾਰ ਕੋਲੋਂ ਫੰਡ ਲੈ ਕੇ ਪਿੰਡਾਂ ਦੀ ਜਿਹੜੀ ਨੂੰ ਹਰ ਬਦਲੀ ਜਾ ਸਕੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ।